ਸਤਿ ਸ੍ਰੀ ਅਕਾਲ ਜੀ, ਮੈਂ ਗੁਰਿੰਦਰ ਸਿੰਘ ਕੋਟਕਪੂਰਾ। ਅੱਜ 22 ਫਰਵਰੀ ਦਿਨ ਸ਼ਨੀਵਾਰ ਸਵੇਰ ਦੇ 7:13 ਤੇ ਮਿਊਂਸੀਪਲ ਪਾਰਕ ਕੋਟਕਪੂਰਾ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਵੱਲੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਲਓ ਜੀ, ਸਾਹਿਤਕ ਮਹਿਫਲ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਮੈਂ ਸਾਰਿਆਂ ਦੇ ਧਿਆਨ 'ਚ ਲਿਆ ਦਿਆਂ ਕਿ ਜਿਹੜਾ ਬਾਬੇ ਨਾਨਕ ਦੇ ਮੋਦੀ ਖਾਨਾ ਪ੍ਰੋਜੈਕਟ ਲਈ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਵੱਲੋਂ 21,000 ਰੁਪਇਆ ਦੇਣ ਦਾ ਟੀਚਾ ਮਿੱਥਿਆ ਗਿਆ ਸੀ, ਉਹਦੇ 'ਚੋਂ 10,000 ਰੁਪਇਆ ਪਹਿਲਾਂ ਪਹੁੰਚ ਚੁੱਕਾ ਹੈ। ਅੱਜ 11,300 ਰੁਪਇਆ ਇਕੱਠਾ ਹੋਇਆ, 11,300 ਰੁਪਇਆ ਇਕੱਠਾ ਹੋ ਗਿਆ, ਟੀਚਾ ਪੂਰਾ ਹੋ ਗਿਆ। ਅੱਜ ਪ੍ਰਧਾਨ ਜੀ ਅਤੇ ਪ੍ਰੋਫੈਸਰ ਪਦਮ ਜੀ ਸਮੇਤ 2-3 ਜਣੇ ਜਾ ਕੇ ਉੱਥੇ ਦੇ ਕੇ ਆਉਣਗੇ। ਇਹਦੇ ਬਦਲੇ ਸਹਿਯੋਗ ਦੇਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ। ਹੁਣ ਆਪਾਂ ਸਾਹਿਤਕ ਮਹਿਫਲ ਵਾਲੇ ਪਾਸੇ ਆਈਏ। ਸਾਹਿਤਕ ਮਹਿਫਲ ਦੀ ਸ਼ੁਰੂਆਤ ਹੋਊ ਸਾਡੇ ਵੀਰ ਹਰਜਿੰਦਰ ਸਿੰਘ ਬਾਵਾ ਜੀ ਤੋਂ। ਬਾਵਾ ਜੀ, ਕੀ ਲੈ ਕੇ ਆਏ ਹੋ ਅੱਜ? ਰੱਬ ਲਈ 10 ਘਰ ਬਣਾਉਣ ਨਾਲੋਂ ਬਿਹਤਰ ਹੈ ਕਿਸੇ ਲੋੜਵੰਦ ਮਨੁੱਖ ਲਈ 1 ਘਰ ਬਣਾਉਣ। ਕਿਆ ਬਾਤ ਹੈ, ਕਿਆ ਬਾਤ। ਗੁੱਡ ਮਾਰਨਿੰਗ, ਵਿਨਿਮਰਤਾ ਔਰ ਆਦਰ ਕਰਨੇ ਕਾ ਗੁਣ ਸਮਾਜ ਮੇ ਆਪਕਾ ਕਦ ਉੱਚਾ ਕਰ ਦਿੱਤੇ ਹੈ, ਇਹ ਸਦੈਵ ਆਪਣੇ ਸਾਥ ਹੀ ਰੱਖੇ। ਵਾਹ ਜੀ ਵਾਹ ਜੀ। ਗੁੱਡ ਮਾਰਨਿੰਗ ਕਲੱਬ ਦੇ ਸਾਰੇ ਮੈਂਬਰਾਂ ਦਾ ਬਹੁਤ ਬਹੁਤ ਧੰਨਵਾਦ। ਮੋਦੀ ਖਾਨੇ ਦੇ ਪ੍ਰੋਜੈਕਟ ਵਾਸਤੇ ਜਿਹੜਾ 11,000 ਰੁਪਇਆ ਕਲੈਕਸ਼ਨ ਹੋਈ ਹੈ, ਅੱਜ ਅਸੀਂ ਉਹ ਦਫ਼ਤਰ ਜਾ ਕੇ ਦੇ ਕੇ ਆਵਾਂਗੇ। ਬਹੁਤ ਬਹੁਤ ਸ਼ੁਕਰੀਆ। ਮਿਹਰਬਾਨੀ ਮਿਹਰਬਾਨੀ। ਮੈਂ ਤੁਹਾਨੂੰ ਇੱਕ ਚੁਟਕਲਾ ਸੁਣਾ ਰਿਹਾ, ਮਾਹੌਲ ਠੀਕ ਹੋ ਜਾਊਗਾ। ਹਾਂ, ਕਰੋ ਗੱਲ ਕਰੋ। ਇੱਕ ਭਿਖਾਰੀ ਸੀ, ਉਹ ਸੜਕ 'ਤੇ ਖੜ੍ਹਾ ਸੀ, ਕਹਿੰਦਾ ਅੱਲਾ ਕੇ ਨਾਮ 'ਤੇ ਕੁਛ ਦੇ ਦੇ ਬਾਬਾ, ਅੱਲਾ ਕੇ ਨਾਮ 'ਤੇ ਕੁਛ ਦੇ ਦੇ। ਉਹ ਕਹਿੰਦਾ ਕੀ ਦਿਆਂ? ਕਹਿੰਦਾ ਜੋ ਮਰਜ਼ੀ ਦੇ ਦੇ। ਕਹਿੰਦਾ ਬੈਠ ਸਾਈਕਲ 'ਤੇ, ਤੈਨੂੰ ਝੂਠੇ ਦੇ ਕੇ ਆਵਾਂਗੇ। ਜਿਹੜਾ ਬੰਦਾ ਗੋਡੇ ਟੇਕ ਦਿੰਦਾ ਹੈ, ਉਸ ਨੂੰ ਲੱਤਾਂ ਦੀ ਸਹੀ ਵਰਤੋਂ ਕਰਨੀ ਨਹੀਂ ਆਉਂਦੀ। ਵਾਹ ਜੀ ਵਾਹ, ਵਾਹ ਜੀ ਵਾਹ। ਨਾ ਰੱਖ ਇੰਨੀ ਨਫ਼ਰਤ ਆਪਣੇ ਦਿਲ ਵਿੱਚ ਬੰਦੇ ਆ, ਜਿਹਦੇ ਦਿਲ ਵਿੱਚ ਨਫ਼ਰਤ ਰਹਿੰਦੀ ਹੈ ਉੱਥੇ ਰੱਬ ਨਹੀਂ ਵੱਸਦਾ। ਜੀ ਜੰਤਰ ਸਭ ਤਾਂ ਕੇ ਹੱਥ, ਦੀਨ ਦਿਆਲ ਅਨਾਥ ਕੋ ਨਾਲ, ਜਿਸ ਰਾਖੇ ਤਿਸ ਕੋਏ ਨ ਮਾਰੇ, ਸੋ ਮੂਆ ਜਿਸ ਮਨੋ ਵਸਾਰੇ, ਤਿਸ ਤਜ ਅਵਰ ਕਹਾਂ ਕੋ ਜਾਏ, ਸਭ ਸਿਰ ਏਕ ਨਿਰੰਜਨ ਰਾਏ। ਜੀ ਕੀ ਜਗਤ ਜਾ ਕੇ ਸਭ ਹਾਥ, ਅੰਤਰ ਬਾਹਰ ਜਾਨੋ ਸਾਥ, ਗੁਣ ਨਿਧਾਨ ਬੇਅੰਤ ਅਪਾਰ, ਨਾਨਕ ਦਾਸ ਸਦਾ ਬਲਹਾਰ। ਵਾਹ ਜੀ ਵਾਹ, ਵਾਹ ਜੀ। ਸਤਿ ਸ਼੍ਰੀ ਅਕਾਲ। ਇੱਕ ਪਤਨੀ ਆਪਣੇ ਪਤੀ ਨੂੰ ਕਹਿੰਦੀ ਹੈ ਕਿ ਤੁਸੀਂ ਹਰ ਵਾਰ ਸੌਰੀ ਨਾ ਮੰਗਿਆ ਕਰੋ। ਕਹਿੰਦਾ ਕਿਉਂ? ਕਹਿੰਦੇ ਜਿਹੜਾ ਮੇਰਾ ਲੜਨ ਦਾ ਮੂਡ ਹੁੰਦਾ ਨਾ, ਉਹ ਮੇਰਾ ਖਰਾਬ ਹੋ ਜਾਂਦਾ। ਤੁਹਾਨੂੰ ਮਾੜਾ ਕਹਿਣ ਵਾਲਿਆਂ ਦਾ ਧੰਨਵਾਦ ਕਰਿਆ ਕਰੋ, ਕਿਉਂਕਿ ਉਹਨਾਂ ਨੇ ਆਪਣੇ ਕੀਮਤੀ ਸਮਾਂ ਤੁਹਾਡੇ 'ਚ ਕਮੀਆਂ ਲੱਭਣ 'ਚ ਜਾਇਆ ਕੀਤਾ ਹੁੰਦਾ। ਹੇ ਪਰਮਾਤਮਾ, ਹੇ ਈਸ਼ਵਰ, ਹੇ ਗਾਡ, ਪਤਾ ਨਹੀਂ ਤੇਰੇ ਕਿੰਨੇ ਕੁ ਨਾਂ ਨੇ, ਮੈਨੂੰ ਨਹੀਂ ਪਤਾ ਤੂੰ ਕਿਸੇ ਨੂੰ ਦਿਸਦਾ ਕਿ ਨਹੀਂ ਦਿਸਦਾ, ਮੈਨੂੰ ਦਿਸਦਾ ਹੈ। ਔਰ ਮੈਂ ਤੈਨੂੰ ਦੇਖ ਕੇ ਇਹ ਤੇਰੇ ਅੱਗੇ ਅਰਦਾਸ ਕਰ ਰਿਹਾ, ਦੁਨੀਆ ਜਿਤਾਈ ਪਿਆਰ ਨਾਲ, ਨਾ ਤੋਪ ਨਾਲ, ਨਾ ਤਲਵਾਰ ਨਾਲ। ਗੁੱਡ ਮਾਰਨਿੰਗ। ਮਾਨਾ ਕਿ ਆਪ ਕਿਸੀ ਕਾ ਭਾਗਿਆ ਨਹੀਂ ਬਦਲ ਸਕਤੇ, ਲੇਕਿਨ ਅੱਛੀ ਪ੍ਰੇਰਨਾ ਦੇਕਰ ਕਿਸੀ ਕਾ ਮਾਰਗ ਦਰਸ਼ਨ ਤੋਂ ਕਰ ਸਕਤੇ ਹੈ। ਭਗਵਾਨ ਕਹਤੇ ਹੈ ਕਿ ਜੀਵਨ ਮੇਂ ਕਭੀ ਮੌਕਾ ਮਿਲੇ ਤੋ ਸਾਰਥੀ ਬਨਨਾ ਸਵਾਰਥੀ ਨਹੀਂ। ਵਾਹ ਜੀ ਵਾਹ, ਵਾਹ ਜੀ ਵਾਹ। ਹਾਂਜੀ, ਗੁੱਡ ਮਾਰਨਿੰਗ। ਆ ਚੱਲੇ ਨੇ ਟੀਟੂ ਜੀ, ਬਾਬੂ ਗੁਰਦਿਆਲ ਸਿੰਘ ਛਾਵੜਾ ਜੀ, ਕੁਲਭੂਸ਼ਣ ਕੌੜਾ ਜੀ ਅਤੇ ਸੁਰਿੰਦਰ ਦਿਓੜਾ ਜੀ। ਲਓ, ਜਿੰਨਾ ਜਿੰਨਾ ਵੀਰਾਂ ਨੇ ਅੱਜ ਦੀ ਸਾਹਿਤਕ ਮਹਿਫਲ 'ਚ ਹਿੱਸਾ ਲਿਆ, ਉਹਨਾਂ ਸਾਰਿਆਂ ਦੇ ਚੰਗੇਰੇ ਭਵਿੱਖ ਦੀਆਂ, ਸਦਾ ਤੰਦਰੁਸਤੀ ਦੀਆਂ ਸ਼ੁਭਕਾਮਨਾਵਾਂ ਅਤੇ ਵਾਹਿਗੁਰੂ ਦੇ ਚਰਨਾਂ 'ਚ ਅਰਦਾਸ। ਮੈਂ ਗੁਰਿੰਦਰ ਸਿੰਘ ਕੋਟਕਪੂਰਾ।